ਸਤ ਸ੍ਰੀ ਅਕਾਲ ਦੋਸਤੋ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਆਂ ਜੀ ਤੇ ਅਪਡੇਟ ਜੁੜੀ ਹੋਈ ਹੈ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਜਸ ਬਾਜਵਾ ਦੇ ਨਾਲ ਜਸ ਬਾਜਵਾ ਜਿਥੇ ਆਪਣੀ ਬੁਲੰਦ ਆਵਾਜ਼ ਤੇ ਆਪਣੀ ਖੂਬਸੂਰਤ ਅਦਾਕਾਰੀ ਕਰਕੇ ਜਾਣੇ ਜਾਂਦੇ ਹਨ ਉੱਥੇ ਹੀ ਜਸ ਬਾਜਵਾ ਆਪਣੀ ਦੋਸਤੀ ਕਰਕੇ ਵੀ ਸਭ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ ਜਸ ਬਾਜਵਾ ਹਮੇਸ਼ਾ ਆਪਣੀ ਯਾਰੀ ਦੋਸਤੀ ਨੂੰ ਤਵੱਜੋ ਦਿੰਦੇ ਨੇ ਤੇ ਹੁਣ ਜਸ ਬਾਜਵਾ ਦੇ ਫੈਨਸ ਹੋ ਜਾਂਦੇ ਯਾਰ ਕਿਉਂਕਿ ਜਸ ਬਾਜਵਾ ਇੱਕ ਗਾਣਾ ਯਾਰਾਂ ਦੋਸਤਾਂ ਲਈ ਲੈ ਕੇ ਆ ਰਹੇ ਨੇ ਜੀ ਹਾਂ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਸ বাজਵਾ ਨੇ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਜਸ ਬਾਜਵਾ ਦੇ ਆਉਣ ਵਾਲੇ ਗੀਤ ਦਾ ਨਾਮ ਹੈ ਫਰੈਂਡ ਜ਼ੋਨ ਤੇ ਤੁਹਾਨੂੰ ਦੱਸ ਦਈਏ ਇਸ ਪੋਸਟਰ ਦੇ ਵਿੱਚ ਜਸ ਬਾਜਵਾ ਆਪਣੇ ਦੋਸਤਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਔਰ ਇਦਾਂ ਲੱਗ ਰਿਹਾ ਕਿ ਜਿਵੇਂ ਉਹ ਕਿਸੇ ਯੂਨੀਵਰਸਿਟੀ ਦੀ ਯਾਰੀ ਦੋਸਤੀ ਦੀ ਕਹਾਣੀ ਬਿਆਨ ਕਰ ਰਹੇ ਨੇ ਤੇ ਨੀਚੇ ਫਿਲਮਸ ਦੇ ਪੋਸਟਰ ਲੱਗੇ ਨੇ ਔਰ ਇਹ ਫਿਲਮ ਉਹ ਨੇ ਜਿਹੜੀ ਕਿ ਬਾਲੀਵੁੱਡ ਇੰਡਸਟਰੀ ਦੀਆਂ ਸੁਪਰ ਡੂਪਰ ਹਿੱਟ ਫਿਲਮਾਂ ਨੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਚੁੱਪ ਕੇ ਚੁੱਪ ਕੇ ਸ਼ਾਨ ਇੰਤਕਾਮ ਕ੍ਰਾਂਤੀ ਅੰਦਾਜ਼ ਇਹਨਾਂ ਫਿਲਮਾਂ ਦੇ ਪੋਸਟਰ ਜਿਹੜੇ ਹੈਗੇ ਆ ਜਸ ਬਾਜਵਾ ਦੇ ਆਉਣ ਵਾਲੇ ਗੀਤ ਦੇ ਪੋਸਟਰ ਦੇ ਉੱਪਰ ਲਿਖੇ ਨੇ ਤੇ ਜਸ ਬਾਜਵਾ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਆ ਆਪਣੀ ਇੱਕ ਸਟੋਰੀ ਵੀ ਸ਼ੇਅਰ ਕੀਤੀ ਨਾਲ ਉਹਨਾਂ ਲਿਖਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਬਹੁਤ ਮੈਸੇਜਸ ਆ ਰਹੇ ਸੀ ਕਿ ਆਪਣਾ ਨਵਾਂ ਗਾਣਾ ਫਰੈਂਡ ਜ਼ੋਨ ਕਦੋਂ ਆ ਰਿਹਾ ਮੈਂ ਦੱਸਣਾ ਚਾਹੁੰਨਾ ਕਿ ਗਾਣਾ ਬਿਲਕੁਲ ਰੈਡੀ ਆ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਥੋੜਾ ਲੇਟ ਹੋ ਗਿਆ ਸੀ ਅਗਲੀ ਸਨੈਪ 'ਚ ਪੋਸਟਰ ਸ਼ੇਅਰ ਕਰ ਰਹੇ ਆ 3 ਫੈਬ ਗਾਣਾ ਰਿਲੀਜ਼ ਕਰ ਰਹੇ ਆ ਜੀ ਆਪਣੇ ਚੈਨਲ ਜਸ ਬਾਜਵਾ ਮਿਊਜ਼ਿਕ ਤੇ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਆਸ ਕਰਦਾ ਜਿਵੇਂ ਤੁਸੀਂ ਪਹਿਲਾਂ ਗੀਤਾਂ ਨੂੰ ਪਿਆਰ ਦਿੱਤਾ ਇਹ ਗੀਤ ਵੀ ਤੁਹਾਨੂੰ ਪਸੰਦ ਆਊਗਾ ਤੁਹਾਡਾ ਜਸ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਲਿਰਿਕਸ ਤੇ ਕੰਪੋਜ਼ ਕੀਤਾ ਹੈ ਮੰਦੀਪ ਮਾਵੀ ਨੇ ਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰੂ ਨੇ ਤੇ ਇਸ ਗਾਣੇ ਦੀ ਵੀਡੀਓ ਕੀਤੀ ਹੈ ਜੀ ਤੇਜੀ ਸੰਧੂ ਨੇ ਤੇ ਕੱਲ ਨੂੰ ਗਾਣਾ ਰਿਲੀਜ਼ ਹੋਣ ਜਾ ਰਿਹਾ ਜਸ ਬਾਜਵਾ ਦੇ ਆਪਣੇ ਆਫੀਸ਼ੀਅਲ YouTube ਚੈਨਲ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਹਰ ਪੰਜਾਬੀ ਆਰਟਿਸਟ ਨੇ ਆਪਣਾ ਹੀ YouTube ਚੈਨਲ ਖੋਲ੍ਹਿਆ ਔਰ ਆਪਣੇ ਹੀ ਲੇਬਲ ਹੇਠਾਂ ਆਪਣੇ ਗਾਣਿਆਂ ਨੂੰ ਪ੍ਰੋਡਿਊਸ ਕਰ ਰਹੇ ਨੇ ਤੇ ਰਿਲੀਜ਼ ਕਰ ਰਹੇ ਨੇ ਔਰ ਫੈਨਸ ਨਾਲ ਸਿੱਧੀ ਕਨੈਕਟ ਐਕਟੀਵਿਟੀ ਬਣਾ ਰਹੇ ਨੇ ਵੈਲ ਜਸ ਬਾਜਵਾ ਦੇ ਫੈਨਸ ਹੋ ਜਾਣ ਤਿਆਰ ਕਿਉਂਕਿ ਇਹ ਫਰੈਂਡ ਜ਼ੋਨ ਵਾਲਾ ਗਾਣਾ ਤੁਹਾਨੂੰ ਤੁਹਾਡੇ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਯਾਦਾਂ ਚੇਤੇ ਕਰਾਉਣ ਵਾਲਾ ਹੈ ਹਮੇਸ਼ਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਯਾਰੀ ਦੋਸਤੀ ਬਹੁਤ ਕੀਮਤੀ ਹੁੰਦੀ ਹੈ ਤੇ ਅਸੀਂ ਸਭ ਆਪਣੇ ਯਾਰਾਂ ਦੋਸਤਾਂ ਦੇ ਉੱਪਰ ਬੇहद ਮਾਨ ਕਰਦੇ ਹਾਂ ਬਟ ਕਦੀ ਵੀ ਅਸੀਂ ਉਹਨਾਂ ਨੂੰ ਆਪਣਾ ਪਿਆਰ ਜ਼ਾਹਰ ਨਹੀਂ ਕਰਦੇ ਹਮੇਸ਼ਾ ਅਸੀਂ ਆਪਣੇ ਯਾਰਾਂ ਦੀ ਮਜ਼ਾਕ ਦੇ ਵਿੱਚ ਬੇਇੱਜ਼ਤੀ ਕਰਦੇ ਹਾਂ ਲੇਕਿਨ ਅਸੀਂ ਯਾਰਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਸੀਂ ਕਦੀ ਸ਼ਬਦਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਪੈਂਦੇ ਵੈਲ ਜਸ ਬਾਜਵਾ ਆਪਣੀ ਦੀ ਕਿਹੜੇ ਪਹਿਲੂ ਵਖਾਣ ਆ ਰਹੇ ਨੇ ਇਸ ਗਾਣੇ ਦੇ ਨਾਲ ਔਰ ਆਪਣੇ ਸਕੂਲ ਕਾਲਜ ਦੀ ਕਿਹੜੀ ਗੱਲਬਾਤ ਫੈਨਸ ਨਾਲ ਸ਼ੇਅਰ ਕਰਨ ਆ ਰਹੇ ਨੇ ਇਹਦੇ ਲਈ ਫਿਰ ਤੁਹਾਨੂੰ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਤੁਸੀਂ ਕਿੰਨੇ ਐਕਸਾਈਟਡ ਹੋ ਜਸ ਬਾਜਵਾ ਦੇ ਇਸ ਗਾਣੇ ਦੇ ਲਈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਅੱਜ ਲਈ ਨਹੀਂ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ